ਲੁਧਿਆਣਾ ਦੇ ਵਿਧਾਨ ਸਭਾ ਹਲਕਾ ਗਿੱਲ ਚ, ਸਰਾਭਾ ਨਗਰ ਐਕਸਟੈਂਸ਼ਨ ਫੁੱਲਾਵਾਲ ਅਤੇ ਹੋਰ ਇਲਾਕਿਆਂ ਚ ਅੱਜ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਚੋਣ ਪ੍ਰਚਾਰ ਦੇ ਲਈ ਪਹੁੰਚੇ ਹੋਏ ਸਨ। ਇਸ ਮੌਕੇ ਉਹਨਾਂ ਦਾ ਜਿੱਥੇ ਇਲਾਕੇ ਦੇ ਸਰਪੰਚਾਂ ਵੱਲੋਂ ਸਵਾਗਤ ਕੀਤਾ ਗਿਆ, ਉੱਥੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਉਹ ਅੱਜ ਪਟਿਆਲਾ ਅਤੇ ਸੰਗਰੂਰ ਦੇ ਵਿੱਚ ਨਾਮਜ਼ਦਗੀਆਂ ਭਰਵਾ ਕੇ ਆਏ ਹਨ। ਉਹਨਾਂ ਨੇ ਕਿਹਾ ਕਿ ਇੰਨਾ ਚੰਗਾ ਲੋਕਾਂ ਦਾ ਸਮਰਥਨ ਹੈ ਕਿ 1 ਲੱਖ ਦੀ ਲੀਡ ਦੇ ਨਾਲ ਪਟਿਆਲਾ ਦੇ ਵਿੱਚ ਮਹਾਰਾਣੀ ਪਰਨੀਤ ਕੌਰ ਨੂੰ ਹਰਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਲੋਕਾਂ ਦਾ ਰੁਝਾਨ ਕਾਂਗਰਸ ਵੱਲ ਹੈ। ਹਾਲਾਂਕਿ ਜਦੋਂ ਉਹਨਾਂ ਨੂੰ ਲੁਧਿਆਣਾ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਆਪਣੀ ਤਾਰੀਫ ਖੁਦ ਕਰਦੇ ਚੰਗੇ ਨਹੀਂ ਲੱਗਦੇ। ਸੋ ਇਹਦਾ ਮਤਲਬ ਲੋਕਾਂ ਨੂੰ ਚੁਣਾਵ 'ਚ ਇੰਟਰਸਟ ਘੱਟ ਸੀਗਾ ਜਾਂ ਉੱਥੇ ਗਰਮੀ ਜ਼ਿਆਦਾ ਹੋਣੀ, ਇਹਦਾ ਮਤਲਬ ਦੇਸ਼ ਦੇ ਪ੍ਰਧਾਨ ਮੰਤਰੀ ਜੋ ਗੱਲ ਕਹਿੰਦੇ ਸੀ 8 ਵਾਰ 400 ਵਾਰ, ਹੁਣ ਉਹ ਕਹਿਣ ਲੱਗ ਗਏ ਹੈ ਕਿ ਸਥਿਰ ਸਰਕਾਰ। ਸਿੱਧਾ ਸਿੱਧਾ ਲੋਕਾਂ ਦੀ ਮਨ ਦੀ ਇੱਛਾ ਘਟੀ ਹੈ ਕਿ ਅਸੀਂ ਸਰਕਾਰ ਨੂੰ ਨਹੀਂ ਚੁਣਨਾ। ਜਦੋਂ ਇਹੋ ਜਿਹੀ ਗੱਲ ਹੋਵੇ ਤਾਂ ਵੋਟਿੰਗ ਜਿਹੜੀ ਆ ਉਹ ਘੱਟ ਹੁੰਦੀ ਹੈ, ਔਰ ਮੈਨੂੰ ਲੱਗਦਾ ਇਹ ਸ਼ੁਭ ਸੰਕੇਤ ਹੈ ਸਾਡੇ ਵਾਸਤੇ, ਔਰ ਜਿੰਨੀਆਂ ਵੀ ਵੋਟਾਂ ਪਈਆਂ ਹੋਣੀਆਂ ਮੈਨੂੰ ਲੱਗਦਾ ਉਹ ਸਰਕਾਰ ਦੇ ਕਿਤੇ ਨਾ ਕਿਤੇ ਖਿਲਾਫ ਪਈਆਂ। ਵੜਿੰਗ ਸਾਹਿਬ, ਪਰਮਪਾਲ ਕੌਰ ਨੂੰ ਲੈ ਕੇ ਤੁਹਾਡਾ ਕੀ ਮੰਨਣਾ? ਸਰਕਾਰ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਸੀ ਕਿ ਡਿਊਟੀ ਜੁਆਇਨ ਕਰੋ ਦੁਬਾਰਾ, ਪਰ ਉਹਨਾਂ ਨੇ ਮਨਾ ਕਰਤਾ। ਉਹ ਕਹਿੰਦੇ ਕਿ ਸਰਕਾਰ ਨੇ ਜਿਹੜੀ ਕਾਰਵਾਈ ਕੀਤੀ ਭਾਜਪਾ ਦੇ ਉਮੀਦਵਾਰ ਨੇ, ਹਾਂ ਕਿਉਂਕਿ ਆਪ ਤੋਂ ਭਾਈ ਨਰਿੰਦਰ ਮੋਦੀ ਦਾ ਆਸ਼ੀਰਵਾਦ ਹੈ ਪਰਮਪਾਲ ਜੀ ਤੋਂ। ਪਰ ਹਾਂ, ਕੋਈ ਕਾਇਦੇ ਕਾਨੂੰਨ ਹੋਣੇ ਚਾਹੀਦੇ, ਰੂਲ ਐਂਡ ਰੈਗੂਲੇਸ਼ਨ ਸਭ ਵਾਸਤੇ ਹੈ। UPSC ਦੇ ਨਿਯਮ ਦੇ ਅਨੁਸਾਰ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਸੀ, ਨਾ ਕਿ ਭਾਜਪਾ ਦੇ ਕਾਰਿਆਲਿਆਂ ਤੋਂ। ਮੈਨੂੰ ਲੱਗਦਾ ਕੋਈ ਵੀ ਵਿਅਕਤੀ ਹੈ, ਮੈਨੂੰ ਪਤਾ ਨਹੀਂ ਇਸ ਬਾਰੇ, ਹਰ ਵਿਅਕਤੀ ਵਾਸਤੇ ਜਿਹੜੇ ਕਾਇਦੇ ਕਾਨੂੰਨ ਅਤੇ ਨਿਯਮ ਉਹ ਮਾਇਨੇ ਰੱਖਦੇ ਆ। ਅਗਰ ਕੋਈ ਕਾਨੂੰਨ ਦੀ ਉਹਨਾਂ ਨੇ ਪ੍ਰਕਿਰਿਆ ਨੂੰ ਤੋੜਿਆ ਤਾਂ ਮੇਰਾ ਖਿਆਲ ਉਹ ਨਹੀਂ ਤੋੜਨਾ ਚਾਹੀਦਾ ਸੀ। ਨੋਟਿਸ ਉਹਨਾਂ ਨੇ ਕਿਹੜੀ ਪ੍ਰਕਿਰਿਆ ਦੇ ਰਾਹੀਂ ਕੀਤਾ ਇਹ ਤਾਂ ਹੁਣ ਉਹ ਦੱਸ ਸਕਦੇ, ਪਰ ਟੈਕਨੀਕਲ ਮੈਨੂੰ ਲੱਗਦਾ ਨਿਯਮਾਂ ਦੇ ਅਨੁਸਾਰ ਅਸਤੀਫਾ ਦੇਣਾ ਚਾਹੀਦਾ, ਨਿਯਮਾਂ ਦੇ ਅਨੁਸਾਰ ਹੀ ਸਾਨੂੰ ਸੰਵਿਧਾਨ ਦੇ ਮੁਤਾਬਕ। ਰਵਨੀਤ ਬਿੱਟੂ ਦਾ ਫਿਰ ਪਿੰਡ ਦੇ ਵਿੱਚ ਵਿਰੋਧ ਹੋਇਆ, ਅਜੇ ਤਾਂ ਪਿੰਡਾਂ 'ਚ ਜਾ ਕੇ ਉਹਨਾਂ ਦਾ ਉਹ ਕਹਿੰਦੇ ਪਏ ਵੀ ਇਹ ਕਹਿੰਦੇ ਕਾਂਗਰਸ ਦਾ ਹੀ, ਉਹ ਕਹਿੰਦੇ ਪਾਰਟੀਆਂ ਦੇ ਬੰਦੇ ਨੇ ਵਿਰੋਧ ਕਰ ਰਹੇ ਨੇ, ਉਹ ਕਹਿੰਦੇ ਕਿਸਾਨ ਨਹੀਂ ਹੈਗੇ। ਪਾਰਟੀਆਂ ਦੇ ਬੰਦੇ ਨਹੀਂ, ਉਹੀ ਕਿਸਾਨ ਹੈ ਜਿਹਨਾਂ ਪਿੱਛੇ ਬਿੱਟੂ ਤੂੰ ਧਰਨੇ 'ਤੇ ਬੈਠਾ ਸੀ ਯਾਰਾ। ਹੁਣ ਨਰਿੰਦਰ ਮੋਦੀ ਜੀ ਨੇ ਸਿਕਿਉਰਿਟੀ, ਗੱਡੀਆਂ, ਸਮਾਨ, ਸੱਲਾ ਦਿੱਤਾ, ਅਤੇ ਹੁਣ ਆਪਾਂ ਇਹਨਾਂ ਕਿਸਾਨਾਂ ਨੂੰ ਕਹਿੰਦੇ ਹਾਂ ਕਿ ਕਾਂਗਰਸ ਦੇ ਕਿਸਾਨ ਨਾ ਕਾਂਗਰਸ ਦਾ ਹੈ ਨਾ ਅਕਾਲੀਆਂ ਨੇ, ਕਿਸਾਨ ਪੰਜਾਬ ਦਾ ਹੈ, ਕਿਸਾਨ ਅੰਨਦਾਤਾ ਹੈ। ਇੱਕ ਜੱਸੀ ਖੰਗੂੜਾ ਹੀ ਵਾਪਸ ਆ ਗਏ, ਜੱਸੀ ਖੰਗੂੜਾ ਸਾਹਿਬ ਸਾਡੀ ਪਾਰਟੀ 'ਚ ਵਾਪਸ ਆਏ ਹੈ, ਬਹੁਤ ਨੇਕ ਇਨਸਾਨ ਹੈ, ਸਾਬਕਾ ਸਾਡੇ MLA ਰਹੇ ਹੈ, ਔਰ ਮੈਨੂੰ ਲੱਗਦਾ ਕਿ ਉਹਨਾਂ ਦੇ ਆਉਣ ਦੇ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ। ਕੋਈ ਵਿਅਕਤੀ ਵੀ ਜਦੋਂ ਆਉਂਦਾ ਉਦੋਂ ਪਾਰਟੀ ਨੂੰ ਕਿਤੇ ਨਾ ਕਿਤੇ ਮਜ਼ਬੂਤੀ ਪ੍ਰਦਾਨ ਹੁੰਦੀ ਆ, ਔਰ ਬਹੁਤ ਸਾਰੇ ਲਾਰੇ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਲਾਏ ਸਨ ਕਿ ਅਸੀਂ ਤੁਹਾਨੂੰ ਟਿਕਟ ਦੇਵਾਂਗੇ। ਕੋਈ ਵੀ ਵਿਅਕਤੀ ਬਿਨਾਂ ਸ਼ਰਤ ਤੋਂ ਅਗਰ ਵਾਪਸ ਆਉਂਦਾ ਤਾਂ ਪਾਰਟੀ ਉਹਨਾਂ ਨੂੰ ਹਮੇਸ਼ਾ ਆਪਦੇ ਨਾਲ ਰੱਖਣ ਨੂੰ ਤਿਆਰ, ਕਿਉਂਕਿ ਇੱਕ ਇੱਕ ਵਿਅਕਤੀ ਦੇ ਨਾਲ ਸਾਡਾ ਪਰਿਵਾਰ ਵੱਡਾ ਹੁੰਦਾ। ਉਹ ਬਾਈ ਨੋਮੀਨੇਸ਼ਨ ਮੈਂ ਥੋੜ੍ਹਾ ਜਿਹਾ ਪਹਿਲਾਂ ਲੋਕਾਂ ਦੇ ਨੋਮੀਨੇਸ਼ਨ ਭਰਾ ਲਾ, ਫਿਰ ਆਪਣਾ ਨੋਮੀਨੇਸ਼ਨ ਭਰਾ। ਗੱਲ ਇਹ ਹੈ ਮੈਂ 2 ਨੋਮੀਨੇਸ਼ਨ ਭਰਾ ਕੇ ਆਇਆ, ਅੱਜ ਲਿਖ ਲਓ, ਅਤੇ ਜੇ ਮਾਨ ਸਾਹਿਬ ਮਿਲੇ ਜਾਂ ਭਾਜਪਾ ਵਾਲੇ ਤਾਂ ਭਾਜਪਾ ਵਾਲਿਆਂ ਨੇ ਤਾਂ ਕੈਂਡੀਡੇਟ ਹੀ ਡਿਕਲੇਅਰ ਕੀਤਾ ਸੰਗਰੂਰ 'ਚ, ਭਾਵੇਂ ਸ਼ਰਤ ਲਵਾ ਦਿਓ ਜੀ ਤੁਹਾਡੇ ਮਾਈਕ 'ਤੇ ਤੁਹਾਡੇ ਮੀਡੀਆ ਦੇ ਰਾਹੀਂ। ਸੁਖਪਾਲ ਸਿੰਘ ਖਹਿਰਾ 1 ਲੱਖ ਵੋਟਾਂ ਦੇ ਫਰਕ ਨਾਲ ਜਿੱਤ ਰਿਹਾ, ਅਤੇ ਸਾਡੇ ਧਰਮਵੀਰ ਗਾਂਧੀ ਜੀ, ਰਾਜਾ ਵੜਿੰਗ ਅੱਜ ਸ਼ੁੱਭ ਦਿਹਾੜੇ 'ਤੇ ਗਿਆ ਸੀ, ਸ਼ੁੱਭ ਮਹੂਰਤ 'ਤੇ
ਵੱਡੇ ਮਾਰਜਨ ਨਾਲ ਸਾਡੇ ਧਰਮਵੀਰ ਗਾਂਧੀ ਅਤੇ ਬੀਬੀ ਪ੍ਰਨੀਤ ਕੌਰ ਜਿਹੜੀ ਸਾਨੂੰ ਛੱਡ ਕੇ ਗਏ ਸੀ ਉਹ ਚੌਥੇ ਨੰਬਰ 'ਤੇ ਹੈ। ਨਤੀਜਾ ਹੁਣੇ ਦੇ ਤਾ ਚਾਰ ਤੋਂ ਪਹਿਲਾਂ। ਸੋ ਦੋਨੋਂ ਅੱਜ ਮੈਂ ਆਪਦੇ ਉਮੀਦਵਾਰਾਂ ਦੇ ਨੋਮੀਨੇਸ਼ਨ ਭਰਾ ਕੇ ਆਇਆ ਔਰ ਹੋਰਾਂ ਦੇ ਨੋਮੀਨੇਸ਼ਨ ਤੋਂ ਭਰਾਉਣ ਤੋਂ ਬਾਅਦ ਫਿਰ ਰਾਜਾ ਵੜਿੰਗ ਆਪਣਾ ਨੋਮੀਨੇਸ਼ਨ ਕਰ ਲੁਧਿਆਣੇ 'ਚ ਕਿੰਨਾ ਮਾਰਜਨ ਰਹੂਗਾ ਜੀ? ਉਹਦਾ ਨਾਰਾ ਦੇ ਰਹੇ ਨੇ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਮੁੱਖ ਮੰਤਰੀ ਜੀ ਨੂੰ ਹੁਣ ਪੁੱਛ ਲਿਓ, ਹੁਣ ਕਹਿਣਗੇ ਨਹੀਂ ਦੱਸਦਾ ਮੈਂ, ਹੁਣ ਨਹੀਂ ਕਹਿਣਗੇ 13 ਜ਼ੀਰੋ। ਨਹੀਂ ਲੁਧਿਆਣੇ 'ਚ ਕਿੰਨਾ ਮਾਰਜਨ, ਲੁਧਿਆਣੇ 'ਚ ਕਿੰਨਾ ਮਾਰਜਨ ਰਹੂਗਾ ਯਾਰ? ਹੁਣ ਆਪਦੀ ਵਡਿਆਈ ਆਪ ਥੋੜ੍ਹੀ ਕਰੀ ਜਾ ਸਕਦੇ ਹੋ। ਲੁਧਿਆਣਾ ਦਾ ਮਾਰਜਰ, ਲੁਧਿਆਣਾ ਦੇ ਪੱਤਰਕਾਰ ਦੱਸਣਗੇ ਆਉਣ ਵਾਲੇ 5 ਦਿਨਾਂ ਨੂੰ। ਮੈਨੂੰ ਤਾਂ ਇਹ ਲੱਗਦਾ ਹੈ ਕਿ ਕੱਲ੍ਹ ਪਰਸੋਂ ਦੀਆਂ ਖਬਰਾਂ ਫੈਲੀਆਂ ਵੀ ਹੈ ਕਿ ਬਿੱਟੂ ਦੀ ਟਿਕਟ 'ਤੇ ਦੁਬਾਰਾ ਵਿਚਾਰ ਬੀਜੇਪੀ ਕਰ ਰਹੀ ਹੈ, ਕਿਉਂਕਿ ਬੀਜੇਪੀ ਦੇ ਕਾਰਿਆਕਰਤਾ ਨੇ ਕਿਹਾ ਕਿ ਜਿਹੜਾ ਕਾਂਗਰਸ ਦਾ ਨਕਾਰਿਆ ਸੀ ਮਾਲ ਉਹ ਤੁਸੀਂ ਲਿਆਏ, ਇਸ ਕਰਕੇ ਬੀਜੇਪੀ ਦੇ ਵਿਚਾਰ ਅਧੀਨ ਹੈ ਬਿੱਟੂ ਦੀ ਟਿਕਟ। ਅੱਜ ਸਾਡੇ ਵਿੱਚ ਰਾਜਾ ਵੜਿੰਗ ਜੀ, ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਪਹੁੰਚੇ ਨੇ, ਜਿਨ੍ਹਾਂ ਦੇ ਵਿੱਚ ਅਸੀਂ 4 ਪਿੰਡਾਂ ਦਾ ਇਕੱਠ ਕੀਤਾ ਸੀਗਾ, ਪੰਚਾਇਤ ਠੱਕਰਵਾਲ, ਪੰਚਾਇਤ ਸਰਾਭਾ ਨਗਰ ਐਕਸਟੈਂਸ਼ਨ, ਪੰਚਾਇਤ ਦੇਵ ਕਲੋਨੀ ਅਤੇ ਪੰਚਾਇਤ ਮੋਤੀਵਾਲ, ਅਤੇ ਅਸੀਂ ਸਾਰਿਆਂ ਨੇ ਉਹਨਾਂ ਦਾ ਧੰਨਵਾਦ ਕੀਤਾ ਆਉਣ 'ਤੇ, ਅਤੇ ਉਹਨਾਂ ਨੇ ਨੂੰ ਅਸੀਂ ਆਸ ਦਵਾਉਂਦੇ ਹਾਂ ਕਿ ਅਸੀਂ ਸਾਰੀਆਂ ਪੰਚਾਇਤਾਂ 1 ਤਰੀਕ ਨੂੰ ਇਕੱਠੇ ਹੋ ਕੇ ਪੂਰਾ ਜ਼ੋਰ ਲਾ ਕੇ ਅਤੇ 5 'ਤੇ ਵੋਟਾਂ ਪਾ ਕੇ ਉਹਨਾਂ ਨੂੰ ਅਸੀਂ ਇੱਥੋਂ ਜਿਤਾ ਕੇ ਭੇਜਾਂਗੇ, ਕਿਉਂਕਿ ਪਿਛਲੇ MP ਸਰਦਾਰ ਰਮਨੀਤ ਸਿੰਘ ਬਿੱਟੂ ਜੀ ਨੂੰ ਅਸੀਂ ਬਹੁਤ ਜ਼ੋਰ ਲਾ ਕੇ ਜਿਤਾਇਆ ਸੀ, ਜਿਹੜਾ ਕਿ ਡੋਰ ਟੂ ਡੋਰ ਵੀ ਕੀਤਾ ਸੀ, ਅਤੇ ਜਿਨ੍ਹਾਂ ਨੇ ਸਾਡਾ ਬਾਅਦ ਵਿੱਚ ਕੋਈ ਫੋਨ ਨਾ ਉਠਾਉਣ ਕਰਕੇ ਅਤੇ ਸਾਰਿਆਂ ਨੂੰ ਨਾਰਾਜ਼ਗੀ ਅਤੇ ਪਾਰਟੀ ਨੂੰ ਛੱਡ ਕੇ ਚਲੇ ਗਏ ਨੇ, ਇਸ ਕਰਕੇ ਅਸੀਂ ਰਾਜਾ ਵੜਿੰਗ ਜੀ ਨੂੰ ਇੱਥੋਂ ਜਿਤਾ ਕੇ ਭੇਜਾਂਗੇ ਅਤੇ ਵੱਧ ਤੋਂ ਵੱਧ ਵੋਟਾਂ ਪਵਾ ਕੇ ਕਾਮਯਾਬ ਕਰਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਜੀ ਬਈ, ਇਹ ਜਿਹੜੀ ਹੈਗੀ ਆ ਲੋਕ ਸਭਾ ਦੀ ਚੋਣ ਲੁਧਿਆਣੇ ਦੀ, ਇੱਥੇ ਰਾਜਾ ਵੜਿੰਗ ਸਾਹਿਬ ਜੀ ਕੈਂਡੀਡੇਟ ਨੇ, ਜਿਹੜੇ ਅੱਜ ਰਾਜਾ ਵੜਿੰਗ ਸਾਹਿਬ ਜੀ ਲੁਧਿਆਣਾ ਹਲਕਾ ਗਿੱਲ ਮੋਤੀਬਾਗ ਦਾ ਮੈਂ ਸਰਪੰਚ ਹਾਂ ਜੀ, ਰਣਜੀਤ ਸਿੰਘ ਨਾਮ ਮੇਰਾ। ਇਸੇ ਤਰ੍ਹਾਂ ਹੀ ਸਾਡੇ ਨਾਲ ਸੰਤੋਖ ਸਿੰਘ ਸਰਪੰਚ ਨੇ, ਕੌਰਚੰਦ ਸਰਪੰਚ ਨੇ। ਅੱਜ ਦਾ ਜਿਹੜਾ ਪ੍ਰੋਗਰਾਮ ਆ, ਇੱਥੇ ਬਸ ਐਲਾਨ ਹੋਣਾ ਹੀ ਬਾਕੀ ਆ, 90% ਵੋਟ ਰਾਜਾ ਵੜਿੰਗ ਸਾਹਿਬ ਨੂੰ ਪੈਣੀ ਆ, ਇਹ ਪੱਥਰ 'ਤੇ ਲਕੀਰ ਆ, 90% ਵੋਟ ਪੱਕਾ ਰਾਜਾ ਵੜਿੰਗ ਸਾਹਿਬ ਨੂੰ ਪੈਣੀ ਆ। ਸਰ, ਪਿਛਲੇ ਸਾਲਾਂ 'ਚ ਕੰਮ ਕਿੱਦਾਂ ਦੇ ਰਹੇ ਜਦੋਂ ਤੋਂ ਰਮਨੀਤ ਬਿਸ਼ੂ ਜਿਹੜੇ ਨੇ ਮੈਂਬਰ ਪਾਰਲੀਮੈਂਟ ਰਹੇ, ਕਿੰਨੇ ਕੰਮ? ਬਿੱਟੂ ਦਾ ਤਾਂ ਇਹ ਆ ਜੀ ਵੀ ਨਾ ਤਾਂ ਬਿੱਟੂ ਸਾਹਿਬ ਨੇ ਫੋਨ ਚੱਕਿਆ ਅਤੇ ਨਾ ਬਿੱਟੂ ਸਾਹਿਬ ਦੇ ਪਿੰਡ ਚਾਈਸਾ ਸਾਹਿਬ PA ਸਾਹਿਬ ਨੇ ਫੋਨ ਚੱਕਿਆ। 10 ਸਾਲ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ, ਬਿੱਟੂ ਸਾਹਿਬ ਦੀ ਬਹੁਤ ਰਿਪੋਰਟ ਨੈਗੇਟਿਵ ਆ, ਇਸੇ ਕਰਕੇ ਉਹ ਭੱਜੇ ਨੇ, ਉਹਨਾਂ ਨੂੰ ਪਤਾ ਸੀ ਵੀ ਕਿ ਮੇਰੀ ਰਿਪੋਰਟ ਬਹੁਤ ਨੈਗੇਟਿਵ ਆ, ਇਸੇ ਕਰਕੇ ਉਹ ਛਾਲ ਮਾਰ ਕੇ BJP ਜਿਹੜੇ। ਕਿੰਨੀਆਂ ਵੋਟਾਂ ਹੈਗੀਆਂ ਨੇੜੇ ਤੇੜੇ ਦੇ ਜਿਹੜੇ ਇਲਾਕੇ ਦੇ ਪਿੰਡਾਂ ਦੀ ਹੈਗੀਆਂ, ਕਿੰਨੇ ਕੁ ਲੱਗਦਾ ਵੀ ਵਾਧੂ ਵੋਟ ਹੈਗੀ ਆ? ਸਾਡੇ ਜੀ ਉਰੇ 3 ਲੱਖ ਵੋਟ ਦੇ ਕਰੀਬ ਆ ਗਿੱਲ ਹਲਕੇ ਦੀ, ਅਸੀਂ ਲੱਖ ਵੋਟ ਦੇ, ਮੈਂ ਕਿਹਾ ਜੀ ਲੱਖ ਵੋਟ ਦੇ ਫਰਕ ਨਾਲ ਰਾਜਾ ਵੜਿੰਗ ਸਾਹਿਬ ਜਿੱਤਣਗੇ, ਗਰੰਟੀ ਆ ਪੱਕੀ, 158 ਪੱਕਾ ਜਿੱਤਣਗੇ, 101%।